ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਪਟਿਆਲਾ ਦੇ ਹੈਰੀਟੇਜ ਮੇਲੇ ਦੀ ਹੈ ਜੋ ਕਿ ਲੰਘੇ ਫਰਵਰੀ ਮਹੀਨੇ ਵਿੱਚ ਕਰਾਇਆ ਗਿਆ ਸੀ। ਵੀਡੀਓ ਵਿੱਚ ਗੁਰਬਾਣੀ ਦੇ ਸ਼ਬਦਾਂ ਤੇ ਇਹ ਪੰਜਾਬ ਤੋਂ ਬਾਹਰ ਦੇ ਕਿਸੇ ਰਾਜ ਦਾ ਨਾਚ ਕੀਤਾ ਜਾ ਰਿਹਾ ਹੈ। ਕੀ ਇਹ ਗੁਰਬਾਣੀ ਦੀ ਬੇਅਦਬੀ ਨਹੀਂ ਹੈ? ਜੇ ਬੇਅਦਬੀ ਹੈ ਤਾਂ ਕੀ ਮੇਲੇ ਵਿੱਚ ਮੌਜੂਦ ਕਿਸੇ ਨੇ ਵੀ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ? ਕੌਣ ਸਨ ਇਸ ਮੇਲੇ ਦੇ ਪ੍ਰਬੰਧਕ ਜਿਨ੍ਹਾਂ ਨੇ ਇਸ ਨਾਚ ਨੂੰ ਪ੍ਰਵਾਨਗੀ ਦਿੱਤੀ? ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਦੂਜੇ ਪਾਸੇ ਗੁਰਬਾਣੀ ਦੇ ਸ਼ਬਦਾਂ ਤੇ ਨਾਚ, ਅਸੀਂ ਕਿੱਥੇ ਬਖਸ਼ੇ ਜਾਵਾਂਗੇ? ਸ਼੍ਰੋਮਣੀ ਕਮੇਟੀ ਜਾਂ ਹੋਰ ਕੋਈ ਸਿੱਖ ਸੰਸਥਾ ਇਸ ਬਾਰੇ ਕਦੋਂ ਧਿਆਨ ਦੇਵੇਗੀ? ਮੇਰਾ ਕੁਛ ਵੀ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਕੁਛ ਕੋ ਸੌਂਪ ਦੇ, ਕਿਆ ਲਾਂਗੇ ਵੋ ਮੇਰਾ। ਮੇਰਾ ਕੁਛ ਵੀ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਕੁਛ ਕੋ ਸੌਂਪ ਦੇ, ਕਿਆ ਲਾਂਗੇ ਵੋ ਮੇਰਾ। ਇੱਕ ਓਂਕਾਰ, 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 ਇੱਕ ਓਂਕਾਰ। ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਵੰਡ ਛਕੋ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਵੰਡ ਛਕੋ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਵੰਡ ਛਕੋ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਵੰਡ ਛਕੋ। ਇੱਕ ਓਂਕਾਰ, 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 ਇੱਕ ਓਂਕਾਰ। ਇੱਕ ਓਂਕਾਰ।